सिद्धू मूसेवाला की हवेली। ये वीडियो लगभग 3-4 महीने पहला शूट की सी जो सिद्धू की हवेली का काम चलता सी। सिद्धू मूसेवाला जड़ा दुनिया के उत्ते आपकी गायकी आपकी जिंदगी एक छाप छट के गया। सिद्धू मूसेवाला ने हवेली लगभग 3 साल तैयार की सी, भावें उन्होंने रहना वो 1 महीने नसीब होया। ये हवेली दा नक्शा पहला वो पिंड भूंदड़ नेड़े रामपुरा फूल दे राम सिंह तो लैके आया सी, ते पर इन्हें नक्शा उही रखिया पर जड़ा एरिया ज़्यादा सी। उन्हें पित्तल आपदे गेटां दे विच लाया, जिवें अक्सर ही आपदे स्टेजां ते भी गल्लां करदा हुंदा सी कि बापू नूं मैं कहा भी चाहे पित्तल ला दे हो कोई परवाह नहीं। सो उन्हें जो कहा जिंदगी दे विच ओह पगाया। भी यह हवेली पिंड भूंदड़ दे मिस्त्रियां ने तैयार करके दित्ती सी। तो ये जिहड़ा काम लकड़ दा ओह गुरदासपुर कन्नी दे जिहड़े मिस्त्री से उन्हां तों करवाया। पर मैं ये एक गल तुहानूं दिखा दिया कि नाल अलग अलग दोनों पोर्शन रखे हुए सीगे कि इधरले पासे रहन नूं ते दूजे पासे जिहड़ा हैगा दोस्त मित्र आ जांदे आ जां आपदे संद जिहड़ा खड़ा करन वास्ते। मूसेवाले दी हवेली दा एक सब तो वड्डा खासियत यह सी कि उन्हें कदे किसी नूं अंदर आउण तों नहीं रोकिया। उन्हें इत्थों तक कि आपदी प्राइवेसी कोई निजता नहीं रखी सी, जो कोई आउंदा सी उहदे अंदर तक रूमां तक भी चला जांदा, अंदर तक दीआं वीडियो बन जांदियां सी। असीं भी जिहड़ा इह लगभग तुहानूं दस्सिया कि अज तों 7-8 महीने पहलां इह शूट कीती सी, हुण तां बिल्कुल कंप्लीट आ कि किवें उहनां दा काम होया। इटालियन टाइलां लिआंदियां, चंगी लक्कड़ लिआंदी, उह तों बिना हर चीज़ तैयार कीतियां, 3 मंजिला उहनां ने अड्ड अड्ड जिहड़ियां तैयार कीतियां। मूसेवाले दे मन दे विच कोई पाप नहीं सी, तां करके उहनूं कदे चीज़ां फील ही नहीं होंगे कि यार क्यों आपदे घर का नक्शा दसना। जबकि अजकल हर एक बंदा कोई भी आपदे घर का नक्शा नहीं दिखाता, पलांगा प्लाई बोर्ड हो गए कपबोर्ड जो भी मान लो लक्कड़ आवनी उन्हें तैयार करवानी, इस तक एक भरत भी आप पाँदा रहा, मिस्त्रियों इटा भी आप फड़ा रहा, मिस्त्रियों के नाल बह के गाने भी गाँव रहा। सो मूसेवाले ने जिहड़ा ये सारा उहदी जिंदगी की कमाई सी, जिवें मान लो पंछियां ने आपदा घोरना पाउणा हुंदा, तां ਇਹ ਨਾਲ ਜਿਹੜਾ ਇਹ ਪੋਰਸ਼ਨ ਤੁਸੀਂ ਦੇਖ ਰਹੇ ਹੋ ਇਹ ਸਾਰਾ ਸੀਗਾ ਜਿੱਥੇ ਸਾਹਮਣੇ ਆ। ਹੁਣ ਤਾਂ ਇੱਥੇ ਗੈਸਟ ਰੂਮ ਬਣ ਗਿਆ ਸੀ, ਪਰ ਆਹ ਸਾਰੇ ਦੇ ਧਾਕੜ ਵਰਗੇ, ਉਹ ਤੋਂ ਬਿਨਾਂ 9-11, ਉਹ ਤੋਂ ਬਿਨਾਂ ਝੋਟਾ, ਸਾਰੇ ਟਰੈਕਟਰਾਂ ਦਾ ਜਿਹੜਾ ਇਹਨੂੰ ਸ਼ੌਂਕ ਸੀਗਾ, ਤਾਂ ਉਹਦੇ ਵਾਸਤੇ ਸਪੈਸ਼ਲ ਤੌਰ 'ਤੇ ਜਿਹੜਾ ਇੱਕ ਪਾਸੇ ਸ਼ੈੱਡ ਪਾਇਆ ਹੋਇਆ ਸੀਗਾ। ਉਹ ਤੋਂ ਬਿਨਾਂ ਗੱਲਾਂ ਬਾਤਾਂ ਵੀ ਕਰਨੀਆਂ, ਪਿੰਡ ਦੇ ਵਿੱਚ ਇੰਟਰਵਿਊਆਂ ਕਰਨੀਆਂ ਮੋਟਰ 'ਤੇ, ਜਾਂ ਪਿੰਡ ਦੇ ਵਿੱਚ ਕਿਰਾਏ ਲਾਉਂਦੇ, ਜਾਂ ਖੇਤਾਂ ਦੇ ਵਿੱਚ ਝੋਨਾ ਵੀ ਦੇ ਦੀਆਂ। ਮੂਸੇਵਾਲ ਨੇ ਹਰ ਇੱਕ ਚੀਜ਼ ਆਪਦੀ ਰੀਝ ਨਾਲ ਤਿਆਰ ਕਰਵਾਈ ਸੀਗੀ, ਇੱਥੋਂ ਤੱਕ ਕਿ ਜਿਹੜਾ ਮੰਨ ਲਓ ਜਿਹੜੀਆਂ ਬਾਰੀਆਂ ਦੇ ਉੱਪਰ ਡਿਜ਼ਾਈਨ ਆ ਉਹ ਵੀ ਆਪਦੇ ਘਰੇ ਤਿਆਰ ਕਰਵਾਏ। ਯਾਰ ਬੰਦੇ ਨੂੰ ਕਿੰਨਾ ਚਾਅ ਹੁੰਦਾ ਹੈ ਨਾ ਕਿ ਯਾਰ ਮੇਰਾ ਘਰ ਬਣ ਰਿਹਾ, ਘਰ ਦਾ ਮਤਲਬ ਕਿ ਮਿਹਨਤ, ਕਿਉਂਕਿ ਮੈਂ ਖੂਨ ਪਸੀਨੇ ਦੀ ਕਮਾਈ ਨਾਲ ਜਦੋਂ ਬੰਦਾ ਸਾਰੀ ਉਮਰ 'ਚ ਇੱਕ ਘਰ ਹੀ ਤਾਂ ਤਿਆਰ ਕਰਦਾ। ਉਹਨੇ ਉਹਦੇ ਕੋਲ ਇੰਨਾ ਪੈਸਾ ਸੀਗਾ, ਉਹ ਕੈਨੇਡਾ ਅਮੈਰੀਕਾ ਦੀ PR ਨੂੰ ਠੋਕਰ ਮਾਰ ਕੇ, ਜਾਂ ਪੱਗ ਕੇ ਵੱਡੇ ਸ਼ਹਿਰ ਬੰਬੇ ਵਰਗੇ, ਮੋਹਾਲੀ ਚੰਡੀਗੜ੍ਹ ਵਰਗੇ ਸ਼ਹਿਰਾਂ 'ਚ ਨਹੀਂ, ਉਹਨੇ ਪੇਂਡੂ ਜ਼ਿੰਦਗੀ ਨੂੰ ਜਾਉਣਾ ਚਾਹਿਆ। ਜਿਵੇਂ ਉਹਦੇ ਬਾਪੂ ਨੇ ਦੱਸਿਆ ਕਿ ਸੈਕਿੰਡ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਸਾਈਕਲ 'ਤੇ ਜਾਂਦਾ ਰਿਹਾ, ਤਾਂ ਸਾਈਕਲ ਤੋਂ ਪਰਮਾਤਮਾ ਨੇ ਜਦੋਂ ਰੇਂਜ ਕੀਤੀ ਤਾਂ ਉਦੋਂ ਬਾਅਦ ਉਹਨੇ ਸਾਰੀਆਂ ਹਸਰਤਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ ਕਿ ਯਾਰ ਉਹਨੂੰ ਜਹਾਜ਼ ਨਾਲੋਂ ਜ਼ਿਆਦਾ ਚਾਅ ਚੜ੍ਹਦਾ ਸੀਗਾ ਜਦੋਂ ਟਰੈਕਟਰ 'ਤੇ ਚੜ੍ਹਦਾ ਸੀਗਾ। ਤਾਂ ਸਾਰਾ ਕੰਮ ਉਹਨੇ ਆਪ ਕਰਵਾਇਆ, ਲਗਾਤਾਰ ਆਪਦੇ ਪਿੰਡ 'ਚ ਆਪਦੀ ਜ਼ਿੰਦਗੀ ਬਤੀਤ ਕੀਤੀ, ਆਪਦੇ ਪਿੰਡ ਦੇ ਬੱਚਿਆਂ ਨਾਲ ਵੀ ਹਾਂ ਤੂੰ ਕਿਹਦਾ ਮੁੰਡਾ ਹੋਏ, ਅਤੇ ਜਾਂ ਦੂਜੇ ਨੂੰ ਪੁੱਛਣਾ ਵੀ ਹਾਂ ਅੱਛਾ ਤੇਰਾ ਜਵਾਕ ਕਿਉਂ ਨਹੀਂ ਲੈ ਕੇ ਆਇਆ, ਜਾਂ ਨਾਲ ਦੇ ਘਰਾਂ ਨੂੰ ਕਹਿਣਾ ਕਿ ਚਾਚੀ ਜਾਂ ਪਾਣੀ ਪਿਆ ਦੇ। ਸੋ ਮੂਸੇਵਾਲੇ ਦੀ ਇਹ ਖਾਸੀਅਤ ਸੀਗੀ। ਮੂਸੇਵਾਲਾ ਕਿਸੇ ਨੇ ਨਹੀਂ ਬਣ ਜਾਣਾ, ਉਹਦੇ ਵਰਗਾ ਨੇਚਰ ਨਹੀਂ ਬਣ ਸਕਦਾ। ਤੁਸੀਂ ਉਹਦੇ ਗਾਣੇ ਸੁਣੋਗੇ ਤਾਂ ਜਦੋਂ ਉਹਨੂੰ ਮਿਲੋਗੇ ਬਿਲਕੁਲ ਡਿਫਰੈਂਟ ਸੀਗਾ। ਉਹ ਹਰ ਇੱਕ ਨੂੰ ਬੜੇ ਅਦਬ ਨਾਲ ਸਤਿਕਾਰ ਨਾਲ ਮਿਲਦਾ ਸੀਗਾ। ਉਹਨੇ ਜੋ ਜ਼ਿੰਦਗੀ ਦੇ ਵਿੱਚ ਆਪਦੀ ਮਿਹਨਤ ਨਾਲ ਕਮਾਇਆ ਅਤੇ ਉਹਨੂੰ ਆਪਦੇ ਪਿੰਡ ਦੇ ਵਿੱਚ ਹੀ ਵਸਾਇਆ, ਨਾ ਕਿ ਇਹ ਆ ਕਿ ਅਸੀਂ ਅੱਜ ਕੱਲ੍ਹ ਕੀ ਹੋ ਗਿਆ, ਅਸੀਂ ਆਪਦੇ ਪਿੰਡ ਦੀਆਂ ਆਪਦੀਆਂ ਜੱਦੀ ਜ਼ਮੀਨਾਂ ਵੇਚ ਕੇ ਕੈਨੇਡਾ ਅਮੈਰੀਕਾ ਜਾਂ ਹੋਰ ਦੇਸ਼ਾਂ ਨੂੰ ਚੱਲ ਜਾਂਦੇ ਹਾਂ, ਪਰ ਇਹ ਬੰਦਾ ਕੈਨੇਡਾ ਅਮੈਰੀਕਾ ਨੂੰ ਛੱਡ ਕੇ ਆਪਦੇ ਪਿੰਡ ਦੇ ਵਿੱਚ ਇਨਵੈਸਟਮੈਂਟ ਕੀਤੀ ਕਿ ਪਿੰਡ ਦੇ ਵਿੱਚ ਕੋਈ ਆਵੇ ਤਾਂ ਪਤਾ ਲੱਗੇ ਕਿ ਯਾਰ ਹਾਂ ਮੂਸੇ ਬੰਦਾ ਕੋਈ ਵੱਸਦਾ। ਸੋ ਮੂਸੇਵਾਲੇ ਦੇ ਹਵੇਲੀ ਦਾ ਇਹ ਤੁਹਾਨੂੰ ਮੈਂ ਉਹਦੇ ਜਿਹੜਾ ਹੈਗਾ ਨਿੱਜੀ ਕਮਰਿਆਂ ਤੱਕ ਦਿਖਾ ਸਕਦਾ ਇੱਥੇ, ਵੀ ਉਹਦਾ ਉਹਨੇ ਆਪਦੇ ਕਦੇ ਨਿੱਜੀ ਕਮਰੇ ਤੱਕ ਨਹੀਂ ਕਿਸੇ ਤੋਂ ਛੁਪਾਏ ਸੀਗੇ। ਆ ਇਹ ਜਮਾ ਗਰਾਊਂਡ ਫਲੋਰ ਹੈ, ਇੱਥੇ ਲੱਕੜ ਦਾ ਕੰਮ ਜਿਹੜਾ ਹੈਗਾ ਚੱਲੀ ਜਾਂਦਾ ਸੀਗਾ, ਹੁਣ ਤਾਂ ਕੰਪਲੀਟ ਆ। ਤੁਹਾਨੂੰ ਦੱਸਿਆ ਵੀ ਇਹ ਸਾਰਾ ਥੱਲੇ ਗਰਾਊਂਡ ਫਲੋਰ 'ਤੇ ਤਿਆਰ ਕਰਦੇ ਸੀਗੇ, ਸਾਰੀ ਲੱਕੜ ਆ ਜਿਹੜੀ ਉਹ ਇੰਪੋਰਟ ਕਰਕੇ ਇੱਥੇ ਲਿਆਉਂਦਾ। ਉਦੋਂ ਬਾਅਦ ਫਸਟ ਫਲੋਰ 'ਤੇ ਜਿਹੜਾ ਜਿੱਥੇ ਹੁਣ ਮੁੰਡਾ ਜਾਈ ਜਾਂਦਾ ਹੈ ਨਾ, ਤਾਂ ਇਹਦੇ ਉੱਤੇ ਜਿਹੜਾ ਫਸਟ ਫਲੋਰ 'ਤੇ ਸਿੱਧੂ ਦਾ ਆਪਦਾ ਨਿੱਜੀ ਕਮਰਾ ਸੀਗਾ।
ਤੇ ਇਹ ਜਿਹੜਾ ਹੈਗਾ ਲਿਵਿੰਗ ਰੂਮ ਬਣਾਇਆ, ਨਾਲ ਉਹਨੇ ਕਿਚਨ ਬਣਾਇਆ ਤੇ ਉਹ ਤੋਂ ਬਿਨਾ ਜਿਹੜਾ ਆਪ ਮਤਲਬ ਦਰਵਾਜ਼ਿਆਂ ਦੇ ਜਿਹੜਾ ਹੈਗਾ ਚਾਹੇ ਕਾਬਲੇ ਲਾ ਲਓ ਜਾਂ ਆਪਾਂ ਕਹੀਏ ਇਹਨਾਂ ਨੂੰ ਸਕਰਿਊ ਆ, ਹੈ ਨਾ, ਹਰ ਚੀਜ਼ ਉਹਨੇ ਬੜਾ ਉਹਦਾ ਮਤਲਬ ਹਰ ਚੀਜ਼ ਦੇ ਵਿੱਚ ਉਹਨੂੰ ਸੀਗਾ ਇੰਟਰਸਟ ਵੀ ਯਾਰ ਚੰਗੀ ਲੱਗੇ ਜੋ ਵੀ ਚੀਜ਼ ਲੱਗੇ, ਹੈ ਨਾ। ਪਰਮਾਤਮਾ ਨੇ ਜਿਹੜਾ ਹੈਗਾ ਤਰੱਕੀ ਬਖਸ਼ੀ ਅਤੇ ਉਹਨੇ ਜਿਹੜਾ ਆਹ ਸਾਰਾ ਜਿਹੜਾ ਆਪਦਾ ਆਲਣਾ ਬਣਾਇਆ। ਇਹ ਸਿੱਧੂ ਨੇ ਜਿਹੜਾ ਇਹ ਫਸਟ ਫਲੋਰ ਆ ਜਿਹੜੀ ਮੈਂ ਤੁਹਾਨੂੰ ਦਿਖਾਉਣਾ, ਆ ਥੱਲੇ ਗਰਾਊਂਡ ਆ, ਉੱਪਰ ਹੁਣ ਖੜ੍ਹੇ ਹਾਂ ਅਸੀਂ, ਠੀਕ ਆ। ਫਸਟ ਫਲੋਰ ਆ, ਸਾਹਮਣੇ ਤੋਂ ਜਿਹੜਾ ਜਿੱਥੇ ਕੁਰਸੀ ਹੈ, ਕੁਰਸੀ ਤੋਂ ਜੇ ਮੈਂ ਲੈਫਟ ਵਾਲੇ ਪਾਸੇ ਦੇਖਾਂ ਤਾਂ ਉਹ ਸਿੱਧੂ ਦਾ ਆਪਦਾ ਕਮਰਾ ਸੀਗਾ, ਸਿੱਧੂ ਆਪ ਉੱਥੇ ਰਹਿੰਦਾ ਸੀਗਾ ਅਤੇ ਸਾਹਮਣੇ ਜਿਹੜਾ ਹੈਗਾ ਸਾਰਿਆਂ ਦਾ ਸੀ। ਤਾਂ ਜੋ ਜ਼ਿੰਦਗੀ ਦੇ ਵਿੱਚ ਕੋਈ ਬੰਦਾ ਸਿੱਧੂ ਮੂਸੇਵਾਲਾ ਨਹੀਂ ਬਣ ਸਕਦਾ, ਬਾਕੀ ਜੋ ਮਰਜ਼ੀ ਚੱਲੀ ਜਾਵੇ, ਬਾਕੀ ਗੱਲਾਂ ਕਹਿਣ ਦੀਆਂ ਹੋ ਸਕਦੀਆਂ, ਪਰ ਕਹਿਣੀ ਅਤੇ ਕਰਨੀ ਦਾ ਜਿਹੜਾ ਹੈਗਾ ਆਪਾਂ ਕਹੀਏ ਜੱਟ ਜਿਹੜਾ ਪੂਰਾ ਸੀਗਾ। ਆਪਦੇ ਆਪਦੇ ਮਾਣ ਕਰਨਾ, ਕੋਈ ਜਿਹੜਾ ਹੈਗਾ ਆਪਦੀ ਕਾਸਟ ਨੂੰ ਉੱਚਾ ਦਿਖਾਉਣ ਦਾ ਨਹੀਂ ਹੁੰਦਾ, ਪਰ ਹਾਂ ਕਿਸੇ ਨੂੰ ਮਾੜਾ ਨਾ ਕਹੋ। ਸੋ ਸਿੱਧੂ ਮੂਸੇਵਾਲਾ ਜਿਹੜਾ ਇੱਕ ਜ਼ਿੰਦਗੀ ਪੇਂਡੂ ਜ਼ਿੰਦਗੀ ਜਿਉਣ ਵਾਲਾ ਬੰਦਾ ਹਮੇਸ਼ਾ ਉਹਨੇ ਚਾਹੇ ਆਪਾਂ ਕਿ ਮੰਨ ਲਓ ਸਾਲ ਜੇ ਬਾਹਰ ਜੇ ਇੱਕ ਜ਼ਿੰਦਗੀ ਜਿਵੇਂ ਸਾਲ 'ਚ 6 ਮਹੀਨੇ ਘੱਟੋ ਘੱਟ ਪਿੰਡ ਰਹਿੰਦਾ ਸੀਗਾ ਜਦੋਂ ਵੀ ਹੁੰਦਾ ਸੀਗਾ। ਸੋ ਉਹਨੇ ਆਪਦੇ ਰਹਿਣ ਦੇ ਵਾਸਤੇ ਆਪਦਾ ਰਹਿਣ ਬਸੇਰਾ ਬਣਾਇਆ, ਸਿੱਧੂ ਦਾ ਆਪਦਾ ਘਰ, ਠੀਕ ਹੈ। ਤਾਂ ਇਹ ਘਰ ਦੇ ਵਿੱਚ ਮੰਨ ਲਓ ਉਹਦੀਆਂ ਲੱਖਾਂ ਹੀ ਰੀਝਾਂ, ਜਦੋਂ ਤੁਸੀਂ ਕਦੇ ਹੁਣ ਮੂਸੇ ਜਾਂ ਮਾਨਸਾ ਕੰਨੀ ਤੁਹਾਡਾ ਗੇੜਾ ਵੱਜਦਾ, ਜ਼ਰੂਰ ਪਿੰਡ ਜਾ ਕੇ ਆਇਓ, ਠੀਕ ਆ। ਜਿਹੜਾ ਹੈਗਾ ਸਿੱਧੂ ਦੇ ਮਾਪਿਆਂ ਨੂੰ ਮਿਲ ਕੇ ਆਓ ਨਾਲ, ਜਿਹੜਾ ਉਹ ਕਿਉਂਕਿ ਉਹਨਾਂ ਨੇ ਤਾਂ ਕਦੇ ਪਹਿਲਾਂ ਨਹੀਂ ਛਪਾਇਆ, ਹੁਣ ਤਾਂ ਕੁਝ ਛਪਾਉਣਾ ਹੀ ਕੀ ਆ, ਹੈ ਨਾ। ਸੋ ਇਹ ਸਾਹਮਣੇ ਹੁਣ ਜਿਹੜਾ ਹੈਗਾ ਸਿੱਧੂ ਦਾ ਕਮਰ ਹੈ, ਠੀਕ ਹੈ। ਅਤੇ ਇੱਥੇ ਮੰਨ ਲਓ ਸਿੱਧੂ ਮੂਸੇਵਾਲਾ ਜਿਹੜਾ ਅੰਤ ਵਾਲੇ ਸਮੇਂ ਤੱਕ ਇੱਥੇ ਰਹਿੰਦਾ ਰਿਹਾ, ਤਾਂ ਮੂਸੇਵਾਲੇ ਦੀ ਆਪਾਂ ਮਿਹਨਤ ਨੂੰ ਸਲਾਮ ਕਰਦੇ ਹਾਂ ਕਿ ਉਹਨੇ ਬੰਦੇ ਨੇ ਯਾਰ ਕਦੇ ਜ਼ਿੰਦਗੀ ਦੇ ਵਿੱਚ ਕਦੇ ਆਪਣੇ ਆਪ ਨੂੰ ਛੁਪਾ ਕੇ ਨਹੀਂ ਚੱਲਿਆ, ਤਾਂ ਕਰਕੇ ਸ਼ਾਇਦ ਜਿਹੜਾ ਹੈਗਾ ਧੋਖਾ ਖਾ ਗਿਆ, ਕਿਉਂਕਿ ਜਿਹੜਾ ਸੱਚਾ ਬੰਦਾ ਹੁੰਦਾ ਉਹਨੂੰ ਹੁੰਦਾ ਵੀ ਸ਼ਾਇਦ ਦੁਨੀਆਂ ਸਾਰੀ ਸਾਡੇ ਵਰਗੀ ਹੈ, ਹੈ ਨਾ। ਉੱਥੇ ਹੀ ਮਿਸਤਰੀਆਂ ਨੇ ਰਹਿਣਾ, ਉੱਥੇ ਹੀ ਉਹਨਾਂ ਨੇ ਜਿਹੜਾ ਆਪਦੇ ਲੀੜੇ ਕੱਪੜੇ ਟੰਗੇ ਰੱਖਣੇ। ਆ ਸਾਹਮਣੇ ਜਦੋਂ ਟਰੈਕਟਰ ਜਾਂਦਾ ਉਦੋਂ ਅੱਗੇ ਜਿਹੜਾ ਹੈਗਾ ਝੋਨਾ ਲਾਉਂਦੇ ਆ, ਵੀਡੀਓ ਤੁਸੀਂ ਦੇਖਿਆ ਹੋਣਗੇ, ਇੱਧਰਲੇ ਪਾਸੇ ਆਪਦੇ ਸੰਦ ਜਿਹੜੇ ਸਾਰੇ ਖੜ੍ਹੇ ਕਰਨੇ ਹਨ। ਸੋ ਸਿੱਧੂ ਮੂਸੇਵਾਲਾ ਜਿਹੜਾ ਹੈਗਾ ਹੁਣ ਇਸੇ ਥਾਂ ਦੇ ਵਿੱਚ ਹੀ ਉਹਦੀ ਰੂਹ ਵਸਦੀ ਹੈ, ਇਹਨਾਂ ਥਾਵਾਂ 'ਤੇ ਜਿਹੜਾ ਉਹਨੇ ਆਪਦੀ ਜ਼ਿੰਦਗੀ ਬਿਤਾਈ ਹੈ। ਇਹ ਸਾਰਾ ਜਿਹੜਾ ਹਵੇਲੀ ਹੈ ਉਹਨੇ ਆਪਦੇ ਹੱਥਾਂ ਨਾਲ ਤਿਆਰ ਕੀਤੀ, ਹੱਥੀਂ ਭਰਤ ਪਾਈ, ਇੱਟਾਂ ਫੜਾਈਆਂ, ਆਰਕੀਟੈਕਟ ਨੂੰ ਲਿਆਉਣਾ, ਭੂੰਦੜ ਜਾਣਾ, ਮਿਸਤਰੀਆਂ ਨੂੰ ਉਹ ਹੀ ਲਿਆਉਣੇ ਵੀ ਜਿਨ੍ਹਾਂ ਨੇ ਪਹਿਲਾਂ ਬਣਾਈ ਹੈ, ਹੈ ਨਾ। ਸੋ ਮੂਸੇਵਾਲਾ ਤੇਰੀ ਮਿਹਨਤ ਨੂੰ ਸਲਾਮ ਆ ਯਾਰ, ਮੂਸੇਵਾਲੇ ਨੇ ਤਾਂ ਨਹੀਂ ਆਉਣਾ, ਪਰ ਇਹਨੂੰ ਦੇਖ ਕੇ ਸ਼ਾਇਦ ਆਉਣ ਵਾਲੀਆਂ ਸਾਡੀਆਂ ਜਨਰੇਸ਼ਨਾਂ ਜ਼ਰੂਰ ਸਬਕ ਲੈਣਗੀਆਂ ਕਿ ਹਾਂ ਯਾਰ ਆਪਦੇ ਪਿੰਡਾਂ 'ਤੇ ਮਾਣ ਕਰਕੇ ਅਤੇ ਪਿੰਡਾਂ ਦੇ ਵਿੱਚ ਹੀ ਆਪਾਂ ਜਿਹੜਾ ਹੈਗਾ ਆਪਦਾ ਬਸਰ ਕਰਕੇ ਜ਼ਿੰਦਗੀ ਨੂੰ।